ਹਾਂਜੀ ਅੱਜ ਸੰਯੁਕਤ ਮੋਰਚਾ ਜੋ ਫਰੀਦਕੋਟ ਹੈ ਉਹ ਡਿਪਟੀ ਕਮਿਸ਼ਨਰ ਨੂੰ ਮਿਲਿਆ ਪਿਛਲੇ ਦਿਨੀ। ਸਾਰਿਆਂ ਨੇ ਸੁਣੀਆਂ ਵੀਡੀਓ ਜੋ ਵੀਰੇ ਵਾਲਾ ਪਿੰਡ ਤੋਂ ਹੰਸਰਾਜ ਹੰਸ ਨੇ ਜੋ ਬੜੇ ਭੱਦੇ ਸ਼ਬਦ ਔਰ ਬੜੀ ਰੁੱਖੀ ਔਰ ਭਰਾਵਾਂ ਜੋ ਜੰਗ ਸ਼ੁਰੂ ਕਰਾਉਣ ਦੀਆਂ ਗੱਲਾਂ ਕੀਤੀਆਂ ਔਰ ਛੇਤਰਾਂ ਦੀ ਘਾਟ ਦਾ ਕਿਸਾਨਾਂ ਨੂੰ ਦੱਸਿਆ ਹੈਗਾ ਔਰ 2 ਤਰੀਕ ਨੂੰ 1 ਤਰੀਕ ਤੋਂ ਇਲੈਕਸ਼ਨ ਤੋਂ ਬਾਅਦ 2 ਤਰੀਕ ਨੂੰ ਮਿਲਣ ਦੀ ਗੱਲ ਕਹੀ ਹੈ ਕਿ 2 ਤਰੀਕ ਤੋਂ ਬਾਅਦ ਮੈਂ ਮਿਲੂ ਇਹਨਾਂ ਖੱਬੀ ਖਾਨਾਂ ਨੂੰ। ਬਹੁਤ ਵੱਡੀਆਂ ਗੱਲਾਂ ਕਹੀਆਂ ਔਰ ਇਹ ਕਿਹਾ ਕਿ ਮੈਂ ਗਰੀਬ ਹਾਂ, ਗਰੀਬਾਂ ਨੂੰ ਸਾਨੂੰ ਵੜ ਨਹੀਂ ਦਿੰਦੇ ਪਿੰਡਾਂ ਦੇ ਵਿੱਚ ਔਰ ਮੈਂ ਮੇਰਾ ਫੋਨ ਨੰਬਰ ਲਓ ਮੈਂ ਦੱਸੂਗਾ। ਇਹਨੂੰ ਪੁੱਛਣਾ ਚਾਹੁੰਦੇ ਹੰਸਰਾਜ ਨੂੰ ਕਿ ਇਕੱਲੇ ਫਰੀਦਕੋਟ ਦੇ ਵਿੱਚ ਵਿਰੋਧ ਹੋ ਰਿਹਾ ਭਾਰਤੀ ਜਨਤਾ ਪਾਰਟੀ ਦਾ, ਪ੍ਰਨੀਤ ਕੌਰ ਜੋ ਪਟਿਆਲੇ ਤੋਂ ਖੜੀ ਹੈ ਉਹਦਾ ਪੁੱਤਰਾ ਤਾਂ ਫਰੀਦਕੋਟ ਸਾੜਿਆ ਸੀ ਜਦ ਉੱਥੇ ਕਿਸਾਨ ਦੀ ਮੌਤ ਹੋਈ ਸੀ। ਸਾਰੇ ਪੰਜਾਬ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਜੋ ਹੈ ਅੱਜ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਜਾ, ਸਾਡੀ ਪੂਰੀ ਕੋਸ਼ਿਸ਼ ਹੈ ਸੰਯੁਕਤ ਮੋਰਚੇ ਦੀ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਵਾਰ ਨਹੀਂ ਆਉਣ ਦੇਣੀ। ਮੈਂ ਇਹ ਗੱਲਾਂ ਕਰਦਾ, ਮੈਂ ਵੀ ਗਰੀਬ ਹਾਂ, ਮੇਰਾ ਪ੍ਰਧਾਨ ਮੰਤਰੀ ਵੀ ਗਰੀਬ ਹੈ, ਕਿਉਂਕਿ ਜਿਨ੍ਹਾਂ ਦੇ ਸੰਬੰਧ ਅਮਾਨੀਆਂ ਅਡਾਨੀਆਂ ਨਾਲ ਹੈ ਉਹ ਬੰਦੇ ਗਰੀਬ ਨੇ ਜੋ ਸਾਰੀ ਦੁਨੀਆ ਨੂੰ 2% ਲੋਕਾਂ ਨੂੰ ਵੇਚਣਾ ਚਾਹੁੰਦੇ ਆ ਅਮਾਨੀਆਂ ਅਡਾਨੀਆਂ ਨੂੰ, ਉਹ ਬੰਦੇ ਗਰੀਬ ਹੈ। ਔਰ ਜਿਹੜੇ ਕਹਿੰਦੇ ਮੈਂ ਗੱਲ ਸੁਣੀ ਨੇ ਇੱਥੇ ਭਾਲਿਆ ਨੇ ਸੁਣਾ, ਇਹ ਜੇ ਬਹੁਤ ਆਏ ਨੇ, ਠੀਕ ਹੈ ਕੋਈ ਗੱਲ ਸੁਣ ਤੇ ਜੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ, ਗਰੀਬ ਵੀਰਾਂ ਨੂੰ ਜਿਨ੍ਹਾਂ ਕੋਲੇ ਖੜ ਕੇ ਗੱਲਾਂ ਕਰਦਾ ਉਹ ਸਾਡਾ ਭਾਈਚਾਰਾ ਹੈ, ਮੈਂ ਬੇਨਤੀ ਕਰਦਾ ਸਾਡਾ ਉਹਨਾਂ ਨਾਲ ਕੋਈ ਵੈਰ ਵਿਰੋਧ ਨਹੀਂ, ਕੋਈ ਗੱਲ ਨਹੀਂ। ਵੋਟਾਂ ਦੀ ਗੱਲ ਵੱਖਰੀ ਹੁੰਦੀ, ਵੋਟ ਕਿੱਥੇ ਕਿਸੇ ਨੇ ਪਾਉਣੀ ਹੈ, ਠੀਕ ਹੈ ਅਸੀਂ ਹਰ ਥਾਂ ਪ੍ਰਚਾਰ ਕਰਨਾ, ਹਰ ਪਿੰਡ ਦੇ ਵਿੱਚ ਪ੍ਰਚਾਰ ਕਰਨਾ, ਸ਼ਹਿਰ 'ਚ ਅਸੀਂ ਕਹਿਣਾ ਕਿ ਇਹਨਾਂ ਦੇ ਪੋਲਿੰਗ ਬੂਥ ਨਾ ਲੱਗਣ, ਅਸੀਂ ਇਹਨਾਂ ਨੂੰ ਝੰਡੀਆਂ ਦਿਖਾਉਣੀਆਂ, ਇਹਨਾਂ ਨੂੰ ਸਵਾਲ ਕਰਨੇ ਆ। ਆਹ ਸਾਡਾ SKM ਜਿਹੜਾ ਜੋ SKM ਨੇ ਸਾਡਾ ਡਿਸਿਪਲਿਨ ਬਣਾਇਆ ਹੈਗਾ ਕਿ ਅਸੀਂ ਕੋਈ ਤੋਲ ਭੰਨ ਨਹੀਂ ਕਰਾਂਗੇ, ਅਸੀਂ ਕੋਈ ਗੱਲ ਦੁੱਪੜ ਨਹੀਂ ਕੱਢਾਂਗੇ, ਅਸੀਂ ਕੋਈ ਗੱਡੀਆਂ ਦਾ ਰਸਤਾ ਨਹੀਂ ਰੋਕਾਂਗੇ, ਜਿਸ ਜਿਹੜਾ SKM ਹੈ ਉਸ ਗੱਲ ਤੇ ਚੱਲ ਰਿਹਾ ਹੈਗਾ। ਸੋ ਇਹ ਹੈ ਅੱਜ ਡਿਸਟ੍ਰਿਕਟ ਕਮਿਸ਼ਨ ਨੂੰ ਇਹ ਕਿਹਾ ਕਿ ਇਹਦੇ ਕਾਰਵਾਈ ਹੋਵੇ ਔਰ ਕਾਰਵਾਈ ਓਪਨ ਕੀਤੀ ਜਾਵੇ, ਪ੍ਰੈਸ ਦੇ ਵਿੱਚ ਦਿੱਤੀ ਜਾਵੇ, ਅਦਰਵਾਈਜ਼ ਇਹ ਗੱਲ ਨਹੀਂ ਹੁੰਦੀ। ਕਿਉਂਕਿ ਜਦ ਸਾਡੀ ਕੋਈ ਗੱਲ ਹੁੰਦੀ ਮਾੜੀ ਮੋਟੀ ਸਾਡੇ ਕਿਸਾਨ ਤੋਂ ਉਦੋਂ ਹੀ ਫੜ ਕੇ ਪੁਲਿਸਾਂ ਮਗਰ ਲੱਗੀਆਂ, ਉਦੋਂ ਹੀ ਜੇਲ੍ਹ ਦੇ ਵਿੱਚ ਬੰਦ ਕਰ ਦਿੰਦੇ, ਸਿੱਟ ਦਿੰਦੇ ਨੇ ਜਾ ਕੇ ਕਿ ਇਹਨਾਂ ਦੀ ਕਾਰਵਾਈ ਨਹੀਂ ਹੋ ਸਕਦੀ। ਸੋ ਇਸ ਤੇ ਤੁਰੰਤ ਕਾਰਵਾਈ ਕੀਤੀ ਜਾਵੇ, ਉਹ ਕਾਰਵਾਈ ਕਰਾ ਕੇ ਉਹਨੂੰ ਓਪਨ ਕੀਤੀ ਜਾਵੇ ਪ੍ਰੈਸ ਦੇ ਵਿੱਚ, ਤਾਂ ਸਾਨੂੰ ਪਤਾ ਲੱਗ ਸਕੇ। ਨਹੀਂ ਤਾਂ ਫਿਰ 21 ਤਰੀਕ ਦੀ ਜੋ ਜਗਰਾਵਾਂ ਰੈਲੀ ਹੈਗੀ ਆ ਉਹ ਤੇ ਉਹਨੂੰ ਓਪਨ ਕਰਾਂਗੇ ਸਾਰੀ ਗੱਲ ਨੂੰ, ਉਹ ਕੋਈ ਵੱਡਾ ਐਕਸ਼ਨ ਇਹਨਾਂ ਦੇ ਖਿਲਾਫ ਅਸੀਂ ਲਵਾਂਗੇ। ਦੇਖੋ ਇਕੱਲੇ ਕਿਸਾਨਾਂ ਦੇ ਹਾਲਾਤ ਮਾੜੇ ਨਹੀਂ ਹੋਣਗੇ, ਬੀਜੇਪੀ ਸਾਰੇ ਦੇਸ਼ ਦੀ ਦੁਸ਼ਮਣ ਹੈ, ਇਹ ਮਤ ਸੋਚਣ ਦੂਜੇ, ਕਿਉਂਕਿ ਕਿਸਾਨ ਤਾਂ ਮਰੇਗਾ ਹੀ। ਕਿਸਾਨ ਜਦ ਮਰਦਾ ਹੈ ਤਾਂ ਮੰਡੀਕਰਨ ਖਤਮ ਹੁੰਦਾ ਤੇ ਆੜ੍ਹਤੀਆ ਨਹੀਂ ਮਰਦਾ, ਕਿ ਉਹਦੇ ਨਾਲ ਲੇਬਰ ਨਹੀਂ ਮਰਦੀ, ਕਿ ਉਹਦੇ ਨਾਲ ਟਰੱਕਾਂ ਵਾਲੇ ਢੋਆਢੁਆਈ ਦਾ ਕੰਮ ਉਹ ਨਹੀਂ ਮਰਦੇ, ਕਿ ਵੱਡੇ ਮਾਲ ਖੋਲਣ ਦੇ ਨਾਲ ਜੋ ਛੋਟਾ ਦੁਕਾਨਦਾਰ ਹੈ ਪਿੰਡਾਂ ਜਾਂ ਸ਼ਹਿਰਾਂ ਵਿੱਚ ਇਹ ਨਹੀਂ ਮਰਦਾ, ਕਿ ਜੋ ਪ੍ਰਾਈਵੇਟ ਸਾਰੇ ਮਹਿਕਮੇ ਕਰਨ ਦੇ ਨਾਲ ਨੌਕਰੀਆਂ ਖਤਮ ਨਹੀਂ ਹੁੰਦੀਆਂ। ਸਾਰਾ ਦੇਸ਼ ਜੋ ਹੈਗਾ ਉਹਨਾਂ ਚੰਦ ਲੋਕਾਂ ਨੂੰ ਇਹ ਵੇਚਣਾ ਚਾਹੁੰਦਾ। ਸੋ ਸਾਰੇ ਦੇਸ਼ ਵਾਸੀਆਂ ਤੁਹਾਡੇ ਨੇ ਬੇਨਤੀ ਹੈ ਕਿ ਇਕੱਲਾ ਕਿਸਾਨ ਨਹੀਂ, ਇਹ ਜੋ ਸਰਕਾਰ ਹੈ ਸਾਰੇ ਦੇਸ਼ ਦੀ ਦੁਸ਼ਮਣ ਹੈ, ਇਹਨੂੰ ਆਪਾਂ ਜੋ ਆ ਪਹਿਲੀ ਤਰੀਕ ਨੂੰ ਇੱਥੇ ਪੈਣੀਆਂ ਜਾਂ ਵੋਟਾਂ ਪੈ ਰਹੀਆਂ ਬਾਹਰ ਸਾਰੇ ਆਪਾਂ ਇਹਨੂੰ ਪਾਸੇ ਚੱਲਦਾ ਕਰੀਏ, ਤਾਂ ਜੋ ਆਪਾਂ ਠੀਕ ਹੈ ਸਰਕਾਰ ਸਾਰੀਆਂ ਠੀਕ ਨਹੀਂ ਹੁੰਦੀਆਂ, ਪਰ ਸਭ ਤੋਂ ਸਿਰਾ ਜੋ ਜਾਲਮ ਸਰਕਾਰ ਸਿੱਧ ਹੋਈ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਸਿੱਧ ਹੋਈ ਹੈ। ਸੋ ਇਹਨੂੰ ਆਪਾਂ ਪਾਸੇ ਕਰਨਾ, ਸੋ ਆਉਣ ਦੀਆਂ ਗੱਲਾਂ ਨਾ ਕਰੇ, ਸਰਕਾਰ ਇਸ ਬਾਰੇ ਇਹਦੀ ਨਹੀਂ ਆਉਣੀ। ਸਾਡਾ SKM ਇਕੱਲੇ ਹੰਸਰਾਜ ਦਾ ਮੈਂ ਬੇਨਤੀ ਕਰਾਂ, ਇਕੱਲੇ ਹੰਸਰਾਜ ਦਾ ਵਿਰੋਧ ਨਹੀਂ ਨਾ ਹੋ ਰਿਹਾ, ਪੰਜਾਬ ਨੇ ਸਾਰੇ ਦੇਸ਼ ਚ ਵਿਰੋਧ ਹੋ ਰਿਹਾ ਭਾਰਤੀ ਜਨਤਾ ਪਾਰਟੀ ਦਾ। ਉਹ ਤਾਂ ਸਾਡੇ ਡਿਸਿਪਲਿਨ ਚ ਰਹਿ ਕੇ ਹਮੇਸ਼ਾ ਸਾਰਾ ਪ੍ਰਚਾਰ ਵੀ ਹੋਣਾ, ਪਿੰਡਾਂ ਸ਼ਹਿਰਾਂ ਦੇ ਵਿੱਚ ਅਸੀਂ ਕਾਲੀਆਂ ਝੰਡੀਆਂ ਦਿਖਾਉਣੀਆਂ, ਸਵਾਲ ਵੀ ਕਰਨੇ ਆ, ਪ੍ਰਸ਼ਾਸਨ ਨੂੰ ਕਿਹਾ ਹੋਇਆ ਕਿ ਜਿੱਥੇ ਆਉਂਦਾ ਤੁਸੀਂ ਠੱਲ ਕੇ ਸਾਨੂੰ ਇਹਦੇ ਸਾਹਮਣੇ ਖੜਾ ਕਰੋ, ਅਸੀਂ ਆਪਦੇ ਸਵਾਲ ਕਰਾਂਗੇ। ਸੋ ਤਾਂ ਹੁੰਦਾ ਹੀ ਰਹਿਣਾ। ਅੱਜ ਜ਼ਿਲ੍ਹਾ ਫਰੀਦਕੋਟ ਦੇ ਸੰਯੁਕਤ ਮੋਰਚੇ ਵੱਲੋਂ ਅੱਜ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਜਿਹੜਾ ਪਿਛਲੇ ਦਿਨਾਂ ਚ ਹੰਸਰਾਜ ਦੀ ਵੀਡੀਓ ਵਾਇਰਲ ਹੋਈਆਂ ਜਾਂ ਭੱਦੀ ਸ਼ਬਦਾਵਲੀ ਜਿਹੜੀ ਉਹਦੇ ਦੀਆਂ ਵਰਤੀ ਗਈ ਹੈ, ਉਹਦੇ ਸੰਬੰਧ ਚ ਅੱਜ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਚੋਣ ਕਮਿਸ਼ਨ ਦੇ ਜ਼ਿੰਮੇਵਾਰ ਹੋਣ ਦੇ ਕਾਰਨ ਉਹਨਾਂ ਨੂੰ ਅੱਜ ਮਿਲ ਕੇ ਉਹਨਾਂ ਵੱਲੋਂ ਜਿਹੜੀਆਂ ਉਹ ਕੀਤੀਆਂ ਕਰਤੂਤਾਂ ਉਹ ਉਹਨਾਂ ਨੂੰ ਜਾਹਰ ਕੀਤੀਆਂ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਲਦੀ ਇਹਦੇ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ, ਤਾਂ ਜੋ ਜਿਹੜਾ ਉਹਨੇ ਉਹ
ਗਰੀਬ ਤੇ ਜਿਹੜੀ ਕਿਸਾਨ ਦੇ ਵਿੱਚ ਮਾਰੂ ਜੰਗ ਸ਼ੁਰੂ ਕਰਾਉਣ ਵਾਸਤੇ ਜਿਹੜੀ ਸ਼ਬਦਾਵਲੀ ਵਰਤੀ ਆ ਜਾਂ ਸਾਡੇ ਭਾਈਚਾਰੇ ਨੂੰ ਜਿਹਦੇ ਵਿੱਚ ਤਰੇੜ ਆਉਣ ਦੇ ਸਾਨੂੰ ਅਸਾਰ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਭਾਜਪਾ ਜਿਹੜੀ ਇਹ ਖੇਡ ਰਹੀ ਹੈ ਇਹ ਇੱਕ ਜਿਵੇਂ ਗੁਜਰਾਤ ਦੇ ਵਿੱਚ ਦੰਗੇ ਕਰਾਏ ਆ ਮਣੀਪੁਰ ਦੇ ਵਿੱਚ ਕਰਾਏ ਆ ਇਹ ਪੰਜਾਬ ਦੇ ਵਿੱਚ ਵੀ ਉਹ ਜਿਹੇ ਹਾਲਾਤ ਬਣਾਉਣਾ ਚਾਹੁੰਦੀ ਹੈ ਤਾਂ ਕਰਕੇ ਅੱਜ ਜਿਹੜਾ ਡਿਪਟੀ ਕਮਿਸ਼ਨਰ ਨੂੰ ਕਿਹਾ ਹੋਇਆ ਕਿ ਇਹ ਤੇ ਕਾਰਵਾਈ ਕਰੇ ਜੇਕਰ 21 ਤਰੀਕ ਤੱਕ ਇਹ ਤੇ ਕੋਈ ਕਾਰਵਾਈ ਨਹੀਂ ਕਰਦਾ ਜ਼ਿਲ੍ਹਾ ਪ੍ਰਸ਼ਾਸਨ ਤਾਂ 21 ਦੀ ਮਹਾਂ ਪੰਚਾਇਤ ਹੋ ਰਹੀ ਆ ਰੈਲੀ ਜਗਰਾਓ ਦੇ ਵਿੱਚ ਉਹ ਤੋਂ ਬਾਅਦ ਸੰਯੁਕਤ ਮੋਰਚਾ ਉਹਦੇ ਤੇ ਕੋਈ ਵੱਡਾ ਐਕਸ਼ਨ ਲੈ ਕੇ ਫਿਰ ਜਿਹੜੀ ਭਾਸ਼ਾ ਇਹ ਬੋਲਦਾ ਇਹਨੂੰ ਉਸੇ ਭਾਸ਼ਾ 'ਚ ਜਵਾਬ ਦਿੱਤਾ ਜਾਵੇ।